ਮੇਰਾ ਨਾਮ ਹੈ ਗਗਨਦੀਪ ਸੇਖੋਂ ਅਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਸ਼੍ਰੀ ਗੁਰੂ ਰਾਮਦਾਸ ਕੋਚਿੰਗ ਸੈਂਟਰ ਵੱਲੋਂ ਦੋਸਤੋ ਅੱਜ ਜੋ ਮੈਂ ਤੁਹਾਨੂੰ ਵੀਡੀਓ ਦੇਣ ਜਾ ਰਿਹਾ ਹਾਂ ਉਹ ਹੈ ਪੀ ਟ੍ਰਿਪਲ ਐਸ ਬੀ ਕਲਰਕ ਦੀ। ਪੀ ਟ੍ਰਿਪਲ ਐਸ ਬੀ ਕਲਰਕ ਜਿਸ ਦੇ ਜਿਸ ਦੇ ਉੱਪਰ ਮੈਂ ਬਹੁਤ ਸਾਰੀਆਂ ਵੀਡੀਓਜ਼ ਪਹਿਲਾਂ ਹੀ ਅਪਲੋਡ ਕਰ ਦਿੱਤੀਆਂ ਸਨ ਜਿਵੇਂ ਕਿ ਪਹਿਲਾਂ ਮੈਂ ਤੁਹਾਨੂੰ ਦੱਸਿਆ ਸੀ ਕਿ ਕਿੰਨੀਆਂ ਪੋਸਟਾਂ ਹਨ ਅਤੇ ਕਿੰਨੇ ਨੰਬਰ ਵਾਲਾ ਕੁਆਲੀਫਾਈ ਹੈ ਤਾਂ ਮੈਂ ਦੱਸਿਆ ਹੀ ਤੁਹਾਨੂੰ 48 ਮਾਰਕਸ ਜਿਸ ਦੇ ਆਗੇ ਉਹ ਪੇਪਰ ਦੀ ਟਾਈਪਿੰਗ ਦੇਣ ਲਈ ਐਲੀਜੀਬਲ ਹੈ ਤਾਂ ਇਹ ਤੁਹਾਨੂੰ ਮੈਂ ਪਹਿਲਾਂ ਹੀ ਦੱਸ ਦਿੱਤਾ ਸੀ ਤਾਂ ਉਸ ਤੋਂ ਬਾਅਦ ਮੈਂ ਤੁਹਾਨੂੰ ਇਹ ਵੀ ਦੱਸਿਆ ਸੀ ਕਿ ਟਾਈਪਿੰਗ ਟੈਸਟ ਕਿਸ-ਕਿਸ ਤਰ੍ਹਾਂ ਹੋ ਸਕਦਾ ਹੈ ਕੰਪਰੀਹੈਂਸ਼ਨ ਦੀ بجائے ਅਸੀਂ ਚੰਕ ਨੂੰ ਵੀ ਪ੍ਰੈਕਟਿਸ ਕਰਨੀ ਹੈ ਤਾਂ ਦੋਸਤੋ ਦੂਸਰੀ ਗੱਲ ਕੀ ਹੈ ਚੰਕ ਦੇ ਵਿੱਚ ਜੋ ਸਾਡਾ ਟਾਈਪਿੰਗ ਟੈਸਟ ਲਿਆ ਗਿਆ ਸੀ ਤਾਂ ਇਹਨਾਂ ਦੋਨਾਂ ਤੇ ਕੀ ਹੈ ਮੈਂ ਵੀਡੀਓ ਤੁਹਾਨੂੰ ਦਿੱਤੀ ਸੀ ਪਹਿਲਾਂ ਜੋ ਕਿ ਪੁਰਾਣੀਆਂ ਵੀਡੀਓਜ਼ ਤੁਸੀਂ ਦੇਖ ਸਕਦੇ ਹੋ ਉੱਥੇ ਮੈਂ ਤੁਹਾਨੂੰ ਇਹੀ ਦੱਸਿਆ ਸੀ ਤੇ ਉਹਨਾਂ ਤੇ ਮੈਂ ਇਹ ਵੀ ਕਿਹਾ ਸੀ ਕਿ ਜੇਕਰ ਤੁਹਾਡੇ 48 ਨੰਬਰ ਆ ਗਏ ਹਨ ਮਤਲਬ ਕਿ 40% ਨੰਬਰ ਆ ਗਏ ਹਨ 120 ਦੇ ਵਿੱਚੋਂ ਤਾਂ ਤੁਸੀਂ ਕੀ ਹੈ ਟੈਸਟ ਨੂੰ ਕੁਆਲੀਫਾਈ ਕਰ ਦਿੱਤਾ ਹੈ ਬਟ ਰਹਿ ਗਿਆ ਗਏ ਟਾਈਪਿੰਗ ਟੈਸਟ ਟਾਈਪਿੰਗ ਟੈਸਟ ਨੂੰ ਕੁਆਲੀਫਾਈ ਕਰ ਦਵਾਂਗੀ ਤਾਂ ਜੋਬ ਮਿਲ ਜਾਵੇਗੀ ਬਿਲਕੁਲ ਉਹੀ ਪੈਟਰਨ ਤੇ ਸਭ ਕੁਝ ਹੋ ਰਿਹਾ ਹੈ ਤਾਂ ਜਿੰਨਾ ਜਿੰਨਾਂ ਨੇ ਮੇਰੀ ਉਹ ਵੀਡੀਓ ਦੇਖੀ ਹੈ ਤਾਂ ਉਹਨਾਂ ਨੂੰ ਪਤਾ ਲੱਗ ਰਿਹਾ ਹੋਵੇਗਾ ਕਿ ਮੈਂ ਇਸ ਵਿੱਚ ਕਿੰਨਾ ਕੁ ਝੂਠ ਬੋਲਿਆ ਸੀ ਅਤੇ ਕਿੰਨਾ ਕੁ ਸੱਚ ਬੋਲਿਆ ਤਾਂ ਇਹ ਤੁਹਾਨੂੰ ਕਲੀਅਰ ਕੱਟ ਹੋ ਗਿਆ ਹੋਵੇਗਾ ਜਰਨਲ ਦੀ ਗੱਲ ਕਰੀਏ ਤਾਂ ਜਰਨਲ ਦੀਆਂ ਵੈਕੈਂਸੀਜ਼ ਹਨ ਜੋ ਸੀਟਾਂ ਹਨ ਬਹੁਤ ਹੀ ਕੱਟ ਹੁੰਦੀਆਂ ਹਨ ਬਟ ਓਪਨ ਕੈਟਾਗਰੀ ਦੇ ਵਿੱਚ ਜਾ ਕੇ ਕੈਟਾਗਰੀਜ਼ ਦੀਆਂ ਜੋ ਹਨ ਪੋਸਟਰਸ ਦੇ ਵਿੱਚ ਜਰਨਲ ਦੀਆਂ ਪੋਸਟਰਸ ਐਡ ਹੋ ਜਾਂਦੀਆਂ ਹਨ ਤਾਂ ਉਹ ਇੱਕ ਵੱਖਰਾ ਫੰਡਾ ਹੈ ਦੋਸਤੋ ਬਟ ਮੈਂ ਇਹ ਕਿਹਾ ਸੀ ਕਿ ਤੁਹਾਨੂੰ ਜੇਕਰ ਪੇਪਰ ਨੂੰ ਤੁਸੀਂ एलिजिਬਲ ਕਰ ਲਿਆ ਹੈ ਟਾਈਪਿੰਗ ਟੈਸਟ ਲਈ एलिजिਬਲ ਹੋ ਗਏ ਹੋ ਤਾਂ ਆਪਣੀ ਪ੍ਰੈਕਟਿਸ ਨੂੰ ਜਾਰੀ ਰੱਖਿਓ ਤੋੜਾ ਕਦੇ ਵੀ ਨੰਬਰ ਆ ਸਕਦਾ ਹੈ ਤੇ ਹੁਣ ਪੀਟ੍ਰਿਪਲ ਐਸਬੀ ਕਲਰਕ ਦੁਆਰਾ ਜੋ ਥਰਡ ਫੇਜ਼ ਦਾ ਟਾਈਪਿੰਗ ਟੈਸਟ ਹੋਇਆ ਸੀ ਉਸ ਤੇ ਹੀ ਵੀ ਲਿਸਟ ਪੈਗੀ ਹੈ ਤੇ ਫਾਈਨਲ ਰਿਜ਼ਲਟ ਵੀ ਉਹਨਾਂ ਨੇ ਦੱਸ ਦਿੱਤਾ ਹੈ ਤਾਂ ਹੁਣ ਬਹੁਤ ਜ਼ਿਆਦਾ ਕੁਐਰੀਜ਼ ਆ ਰਹੀਆਂ ਹਨ ਕਿ ਸਰ ਸਾਡਾ ਨੰਬਰ ਆਵੇਗਾ ਕੀ ਸਾਡਾ ਨੰਬਰ ਆ ਸਕਦਾ ਹੈ ਤਾਂ ਉਹੀ ਕੁਐਰੀਜ਼ ਨੂੰ ਮੈਂ ਕਲੈਰੀਫਾਈ ਕਰਨ ਦੇ ਲਈ ਅੱਜ ਇਹ ਵੀਡੀਓ ਅਪਲੋਡ ਕੀਤੀ ਹੈ ਤਾਂ ਤੁਹਾਡੇ ਸਾਰੇ ਡਾਊਟ ਹਨ ਜੋ ਮੈਂ ਇਸ ਵੀਡੀਓ ਦੇ ਰਾਹੀਂ ਕਲੀਅਰ ਕਰ ਦਵਾਂਗਾ ਤਾਂ ਇਸ ਦੇ ਵਿੱਚ ਪਹਿਲਾ ਹੈ ਕਿ ਜਾਣੋ ਕਿ ਕਿੰਨਾ ਕਿੰਨਾ ਦਾ ਆ ਸਕਦਾ ਹੈ ਪੀ ਟ੍ਰਿਪਲੱਸ ਬੀ ਦੇ ਵਿੱਚ ਆ ਸਕਦਾ ਦਾ ਮਤਲਬ ਨਾਮ ਆ ਸਕਦਾ ਹੈ ਆ ਸਕਦਾ ਨਾ ਤਾਂ ਨਾਮ ਆ ਸਕਦਾ ਹੈ ਤਾਂ ਤੁਹਾਨੂੰ ਪਤਾ ਹੀ ਹੈ ਦੋਰ ਤਰ੍ਹਾਂ ਦੇ ਟਾਈਪ ਹੋਏ ਸੀ ਇੰਗਲਿਸ਼ ਤੇ ਪੰਜਾਬੀ ਜੋ ਪੰਜਾਬੀ ਨੂੰ ਕੁਆਲੀਫਾਈ ਕਰ ਗਏ ਕਿਉਂਕਿ ਬਹੁਤ ਜ਼ਿਆਦਾ ਕੈਂਡੀਡੇਟਸ ਇਹੋ ਜਿਹੇ ਸਨ ਜਿਨ੍ਹਾਂ ਦਾ ਪੇਪਰ ਹੀ ਕੁਆਲੀਫਾਈ ਨਹੀਂ ਹੋਇਆ ਟਾਈਪਿੰਗ ਵਾਲਾ ਪਹਿਲਾਂ ਪੇਪਰ ਕੁਆਲੀਫਾਈ ਨਹੀਂ ਕਰ ਸਕੇ ਜੋ ਪੇਪਰ ਕੁਆਲੀਫਾਈ ਕਰ ਗਏ ਸਨ ਟਾਈਪਿੰਗ ਟੈਸਟ ਤੋਂ ਡਿਸਕਵালিਫਾਈ ਹੋ ਗਏ ਤੇ ਜਿਨ੍ਹਾਂ ਨੇ ਕੁਆਲੀਫਾਈ ਕਰ ਲਿਆ ਉਹਨਾਂ ਦਾ ਕੀ ਇਹ ਤੁਸੀਂ ਦੇਖੋ ਜਾਦੇ ਕੁਐਰੀਜ਼ ਆ ਰਹੀਆਂ ਹਨ ਥਰਡ ਟਾਈਪਿੰਗ ਜੋ ਥਰਡ ਲਿਸਟ ਪੇ ਸੀ ਟਾਈਪਿੰਗ ਦੀ ਉਸ ਦੇ ਵਿੱਚ ਜੋ ਬਰਾਈ ਗਏ ਸਨ ਸਾਰੇ ਕਹਿ ਰਹੇ ਹਨ ਕਿ ਸਾਡਾ ਨੰਬਰ ਆਵੇਗਾ ਸਾਡਾ ਨੰਬਰ ਆਵੇਗਾ ਤਾਂ ਕਿਸ ਕਿਸ ਦਾ ਨੰਬਰ ਆਵੇਗਾ ਨਾਮ ਆਵੇਗਾ ਇਹ ਤੁਹਾਨੂੰ ਕਲੀਅਰ ਹੋ ਜਾਵੇਗਾ ਕੀ ਜਿਨ੍ਹਾਂ ਨੂੰ ਹਜੇ ਤੱਕ ਨਹੀਂ ਬੁਲਾਇਆ ਉਹਨਾਂ ਨੂੰ ਬੁਲਾਇਆ ਜਾ ਸਕਦਾ ਹੈ ਤਾਂ ਦੂਜਾ ਜੋ ਹੈ ਕੁਐਸਚਨ ਸਿੱਧਾ ਹੀ ਬੰਦ ਹੈ ਪਹਿਲਾਂ ਤਾਂ ਇਸ ਤੇ ਗੱਲ ਦੂਜਾ ਕੀ ਹੈ ਉਹਨਾਂ ਨੂੰ ਬੁਲਾਇਆ ਜਾ ਸਕਦਾ ਹੈ ਤਾਂ ਮੈਂ ਤੁਹਾਨੂੰ ਕਿਹਾ ਹੈ ਕਿ ਜਿਨ੍ਹਾਂ ਦੇ 48 ਮਾਰਕਸ ਆ ਗਏ ਹਨ ਉਹ एलिਜੀਬਲ ਹਨ ਟਾਈਪਿੰਗ ਦੇ ਲਈ ਬੋਰਡ ਦੇ ਦੁਆਰਾ ਉਹਨਾਂ ਨੂੰ ਕਾਲ ਕੀਤੀ ਜਾ ਸਕਦੀ ਹੈ ਮਤਲਬ ਕੀ ਹੈ ਮੇਲ ਕੀਤੀ ਜਾ ਸਕਦੀ ਹੈ ਬੁਲਾਇਆ ਜਾ ਸਕਦਾ ਹੈ ਤੀਜਾ ਹੈ ਕਿ ‟ਵੇਟਿੰਗ ਲਿਸਟ” ਹੋਰ ਪੈ ਸਕਦੀ ਹੈ ਮਤਲਬ ਕੀ ਹੈ ਜੇਕਰ 3rd ਲਿਸਟ ਪੈ ਗਈ ਤੇ ਇਸ ਤੋਂ ਅੱਗੇ ਕੋਈ ਹੋਰ ਆ ਸਕਦੀ ਹੈ 4th ਆ ਸਕਦੀ ਹੈ 5th ਆ ਸਕਦੀ ਹੈ ਤਾਂ ‟ਵੇਟਿੰਗ ਲਿਸਟ” ਹੁਣ ਜੋ 3rd ਟਾਈਪਿੰਗ ਟੈਸਟ ਹੋਇਆ ਹੈ ਇਹ ਕੀ ਹੈ ਇੰਨੇ ਦੇ ਵਿੱਚੋਂ ਕੁਝ ਕੁ ਕੈਂਡੀਡੇਟਸ ਹਨ ਜੋ ਵੇਟਿੰਗ ਲਿਸਟ 'ਚ ਹੋਣਗੇ ਕੁਝ ਨੂੰ ਜੋਬ ਮਿਲ ਜਾਵੇਗੀ ਐਸੇ ਸਾਲ ਹੀ ਹੋ ਸਕਦਾ ਹੈ ਸਾਰਿਆਂ ਨੂੰ ਹੀ ਐਸੇ ਸਾਲ ਮਿਲ ਜਾਵੇ ਤਾਂ ਦੋਸਤੋ ਇਹ ਸਾਰੀਆਂ ਕੁਐਰੀਜ਼ ਹਨ ਮੇਰੇ ਦੋਸਤਾਂ ਦੀਆਂ ਵੇਟਿੰਗ ਲਿਸਟ ਵਾਲੀ ਵੀ ਜਿਨ੍ਹਾਂ ਨੂੰ ਨਹੀਂ ਬੁਲਾਇਆ ਗਿਆ ਉਹਨਾਂ ਨੂੰ ਵੀ ਬੁਲਾਇਆ ਜਾ ਸਕਦਾ ਹੈ ਅਤੇ ਕਿੰਨਾ-ਕਿੰਨਾ ਦਾ ਨਾਮ ਆਇਆ ਹੈ ਪੀ ਟ੍ਰਿਪਲ ਐਸ ਬੀ ਕਲਰਕ ਜੋ ਪੀਟਸਬੀ ਬੂਡ ਹੈ ਉਸਦੇ ਵਿੱਚ ਕਲਰਕ ਦੀਆਂ ਪੋਸਟਾਂ ਆਈਆਂ ਹਨ ਤਾਂ ਵੀਡੀਓ ਨੂੰ ਅੰਤ ਤੱਕ ਜਰੂਰ ਦੇਖਣਾ ਦੋਸਤੋ ਤਾਂ ਆਪਾਂ ਦੇਖਦੇ ਹਾਂ ਹੁਣ 1 ਬਾਈ 1 ਸਾਰਿਆਂ ਤੇ ਡਿਸਕਸ਼ਨ ਕਰਾਂਗੇ ਤਾਂ ਦੇਖੋ ਪੀਟਸਬੀ ਕਲਰਕ ਜੋ ਹੋਇਆ ਸੀ ਸਾਡਾ ਐਗਜ਼ਾਮ ਉਸਦੇ ਵਿੱਚ ਹੈ ਦੋਸਤੋ ਇਨਾਂ ਨੇ ਕੀ ਲਿਖਿਆ ਹੈ ਜੋ ਕਿ ਬਹੁਤ ਜ਼ਿਆਦੇ ਜਾਣਿਆਂ ਦੇ ਕਹਿਣਾ ਹੈ ਮੇਰਾ ਵੀ ਇਹੀ ਕਹਿਣਾ ਹੈ ਕਿ ਪੀ ਟ੍ਰਿਪਲ ਐਸ ਬੀ ਕਲਰਕ ਦੀ ਜੋ ਥਰਡ ਟਾਈਪਿੰਗ ਲਿਸਟ ਆਈ ਸੀ ਤੇ ਜਿਨ੍ਹਾਂ ਨੇ ਕੁਆਲੀਫਾਈ ਕੀਤਾ ਸੀ ਵਾਲੇ ਉਮੀਦਵਾਰ ਸਾਥੀ ਅਕਸਰ ਮੈਸੇਜ ਕਰਦੇ ਹਨ ਕਿ ਕੀ ਉਹਨਾਂ ਨੂੰ ਕੋਈ ਡਿਪਾਰਟਮੈਂਟ ਅਲਾਉਟ ਹੋਵੇਗਾ ਤਾਂ ਮੀਨ ਉਨਾ ਦਾ ਇਹ ਮਕਸਦ ਹੈ ডিপਾਰਟਮੈਂਟ ਉਹਨਾਂ ਨੂੰ ਅਲਾਟ ਹੋਵੇਗਾ ਆਬਵੀਅਸ ਹੈ ਜੇਕਰ ডিপਾਰਟਮੈਂਟ ਅਲਾਟ ਹੋਵੇਗਾ ਤਾਂ ਉਹਨਾਂ ਨੂੰ ਜੋਬ ਮਿਲੇਗੀ ਤਾਂ ਮੈਂ ਇਹ ਕਹਿ ਦਿੰਦਾ ਹਾਂ ਕਿ 101% ডিপਾਰਟਮੈਂਟ ਅਲਾਟ ਹੋਵੇਗਾ ਤਾਂ ਉਹ ਕੀ ਹਨ ਜੋਬ ਉਹਨਾਂ ਨੂੰ ਪੱਕੀ ਹੈ ਤਾਂ ਥਰਡ ਟਾਈਪਿੰਗ ਲਿਸਟ ਮਤਲਬ ਕੀ ਹੈ ਥਰਡ ਟਾਈਪਿੰਗ ਲਿਸਟ ਉਨਪਈ ਸੀ ਕੁਆਲੀਫਾਈ ਸੀ ਐਬਸੈਂਟ ਬਹੁਤ ਜ਼ਿਆਦੇ ਸਨ ਬਟ ਉਹਨਾਂ ਵਿੱਚੋਂ ਜੋ ਪ੍ਰੈਜ਼ెంట్ ਸਨ ਉਹਨਾਂ ਦੇ ਵਿੱਚੋਂ ਵੀ ਡਿਸਕਵালিਫਾਈ ਪੰਜਾਬੀ ਟਾਈਪਿੰਗ ਚ ਬਹੁਤ ਜ਼ਿਆਦੇ ਜਾਣੇ ਹੋਏ ਅਤੇ ਕੁਆਲੀਫਾਈ ਜਿਨ੍ਹਾਂ ਨੇ ਕੀਤਾ ਉਹਨਾਂ ਨੂੰ ਦੇਖੋ ਹੁਣ ਡਿਪਾਰਟਮੈਂਟ ਅਲਾਟ ਹੋਵੇਗਾ ਕਿ ਨਹੀਂ ਤਾਂ ਮੈਂ ਤਾਂ ਕਹਿੰਦਾ ਹਾਂ ਕਿ 101% ਅਲਾਟ ਹੋਵੇਗਾ ਉਸ ਤੋਂ ਅੱਗੇ ਹੈ ਦੋਸਤੋ PTPSB ਕਲਰਕ ਜੋ ਐਗਜ਼ਾਮ ਹੋਇਆ ਹੈ ਤੇ ਹਜੇ ਵੀ ਕਹਿ ਰਹੇ ਹਨ ਕਿ ਹੋਵੇਗਾ ਬਟ ਮੈਨੂੰ ਤਾਂ ਨਹੀਂ ਲੱਗਦਾ ਜਿਸ ਤਰ੍ਹਾਂ ਕੇ ਵੀਡੀਓ ਦਾ ਐਕਸਟੈਂਡ ਹੋ ਗਈ ਹੈ ਉਸੇ ਤਰ੍ਹਾਂ PTPSB ਕਲਰਕ ਵੀ ਐਕਸਟੈਂਡ ਹੋ ਸਕਦਾ ਹੈ ਕਿਉਂਕਿ ਹਜੇ ਲਿਸਟ ਚੱਲਦੀ ਆ ਰਹੀ ਹੈ ਤਾਂ ਜੋ ਨੈਕਸਟ ਸਲਾਈਡ ਹੈ ਆਪਾਂ ਨੈਕਸਟ ਸਲਾਈਡ ਤੇ ਦੇਖਦੇ ਆਂ ਇਹ ਤਾਂ ਕੀ ਸੀ ਸਵਾਲ ਪੁੱਛਿਆ ਸੀ ਹੋਵੇਗਾ ਤਾਂ ਮੇਰਾ ਕਹਿਣਾ ਹੈ ਕਿ ਇਸ ਦਾ ਜਵਾਬ ਇਹੀ ਹੈ ਕਿ ਜੇਕਰ ਪੋਸਟਾਂ ਖਾਲੀ ਸੀ ਹੁਣ ਉਹਨਾਂ ਦਾ ਦਿਮਾਗ ਇੰਨਾ ਤੇਜ਼ ਹੈ ਕਿ ਉਹਨਾਂ ਨੂੰ ਪਤਾ ਲੱਗੇ ਕਿ ਪੋਸਟਾਂ ਖਾਲੀ ਰਹਿਣਗੀਆਂ ਤਾਂ ਇਸੇ ਲਈ ਤਾਂ ਥਰਡ ਲਿਸਟ ਕੱਢੀ ਗਈ ਸੀ ਤਾਂ ਇੱਥੋਂ ਹੀ ਕਲੀਅਰ ਕੱਟ ਹੋ ਜਾਂਦਾ ਹੈ ਐਸੇ ਕਰਕੇ ਮੈਂ ਕਿਹਾ ਹੈ 101% ਕੀ ਹੈ ਡਿਪਾਰਟਮੈਂਟ ਅਲੋਟ ਹੋਣਗੇ ਤਾਂ 101% ਡਿਪਾਰਟਮੈਂਟ ਅਲਾਟ ਹੋਣਗੇ ਉਹਨਾਂ ਨੂੰ ਸਾਰਿਆਂ ਨੂੰ ਜਿਹੜੇ ਥਰਡ ਲਿਸਟ ਥਰਡ ਲਿਸਟ ਦੇ ਵਿੱਚ ਕੁਆਲੀਫਾਈ ਕਰ ਗਏ ਸਨ ਅਤੇ ਜਿਨ੍ਹਾਂ ਦੇ ਨਾਮ ਆਇਆ ਸੀ ਕੁਆਲੀਫਾਈ ਕਰ ਗਏ ਸਨ ਤਾਂ ਆ ਜਾਵੇਗਾ ਉਹਨਾਂ ਦੇ ਨਾਮ ਤਾਂ ਪੋਸਟਾਂ ਖਾਲੀ ਸੀ ਤਾਂ ਹੀ ਕਿਉਂ ਖਾਲੀ ਸੀ ਇਹ ਆਪਾਂ ਨੈਕਸਟ ਸਲਾਈਡ ਤੇ ਗੱਲ ਕਰਾਂਗੇ ਤਾਂ ਅਗਲੀ ਸਲਾਈਡ ਤੇ ਚੱਲਦੇ ਹਾਂ ਦੋਸਤੋ ਬਾਕੀ ਗੱਲ ਇਹ ਵੀ ਹੈ ਕਿ ਬਹੁਤ ਕੈਂਡੀਡੇਟਸ ਨੇ ਕਲਰਕ ਜੁਆਇਨ ਨਹੀਂ ਕਰਨਾ ਕਿਉਂ ਨਹੀਂ ਕਰਨਾ ਕਿਉਂਕਿ ਉਹਨਾਂ ਦਾ ਵੱਖੋ-ਵੱਖਰੇ ਕਿਸੇ ਦਾ ਪੰਜਾਬ ਪੁਲਿਸ ਦੇ ਵਿੱਚ ਨਾਮ ਆ ਗਿਆ ਹੋਵੇਗਾ ਕਿਸੇ ਦਾ ਪਟਵਾਰੀ ਚ ਆ ਗਿਆ ਹੋਵੇਗਾ ਮਾਸਟਰ ਕਿਡ ਈਟੀਸੀ ਬਹੁਤ ਡਿਪਾਰਟਮੈਂਟਸ ਜਿਨ੍ਹਾਂ ਦੇ ਪੇਪਰ ਹੋਏ ਸਨ ਜੇਲ ਬਾਰਡਰ ਤਾਂ ਕਿਸੇ ਨਾ ਕਿਸੇ ਵਿੱਚ ਉਹ ਸਿਲੈਕਟ ਹੋ ਗਏ ਹੋਣਗੇ ਉਹ ਉਹ ਇਦਰੋਂ ਛੱਡ ਕੇ ਜਾਣਗੇ ਪਹਿਲੀ ਗੱਲ ਏ ਸੀ ਦੂਜਾ ਸੀ ਐਬਸੈਂਟ ਬਹੁਤ ਸੀ ਰੀਜਸ ਸੀ ਡਿਸਕਵালিਫਾਈ ਬਹੁਤ ਸੀ ਤਾਂ ਕੁਝ ਕ ਜਾਣੇ ਸਨ ਜਿਨ੍ਹਾਂ ਨੇ ਜੁਆਇਨ ਕਰਨਾ ਸੀ ਬਟ ਉਹ ਨਹੀਂ ਕਰਨਗੇ ਤਾਂ ਕਲਰਕ ਜੁਆਇਨ ਨਹੀਂ ਕਰਨਾ ਹਰ ਡਿਪਾਰਟਮੈਂਟ ਹਰ ਡਿਪਾਰਟਮੈਂਟ ਉਹਨਾਂ ਦੀ ਲਿਸਟ ਤਿਆਰ ਕਰੇਗਾ ਆਬਵੀਅਸ ਹੈ ਡਿਪਾਰਟਮੈਂਟ ਦੀ ਲਿਸਟ ਆਈ ਸੀ ਤਾਂ ਉਹਨਾਂ ਨੇ ਜਿੰਨੀਆਂ-ਜਿੰਨੀਆਂ ਆਪਣੀਆਂ ਵੈਕੈਂਸੀਸ ਕੱਢੀਆਂ ਸਨ ਓਨੀਆਂ-ਓਨੀਆਂ ਉਹਨਾਂ ਨੇ ਪੂਰੇ ਵੀ ਕਰਨੇ ਹਨ ਤਾਂ ਲਿਸਟ ਤਾਂ ਤਿਆਰ ਕਰੇਗਾ ਤੇ पी ट्रिपल एस ਬੀ ਨੂੰ ਲਿਖ ਦਵੇਗਾ ਕਿ ਇਹਨਾਂ ਉਮੀਦਵਾਰਾਂ ਨੇ ਜੁਆਇਨ ਨਹੀਂ ਕੀਤਾ ਤਾਂ ਆਹ ਜਿਹੜੇ ਕਲਰਕ ਜੁਆਇਨ ਨਹੀਂ ਕਰਨਗੇ ਤਾਂ ਡਿਪਾਰਟਮੈਂਟ ਕੀ ਕਰੇਗਾ ਸਾਡੀਆਂ ਇੰਨੀਆਂ ਪੋਸਟਾਂ ਸਨ ਅਸੀਂ ਕੱਢੀਆਂ ਸਨ ਸਾਡੀਆਂ ਖਾਲੀ ਰਹਿ ਗਈਆਂ ਤਾਂ ਉਹਨਾਂ ਦੀ ਵੀ ਲਿਸਟ ਤਿਆਰ ਕਰੇਗਾ ਅਤੇ ਬੋਰਡ ਹੈ ਪੀ 3s ਬੀ ਨੂੰ ਦਵੇਗਾ ਉਹਨਾਂ ਨੇ ਜੁਆਇਨ ਨਹੀਂ ਕੀਤਾ ਤਾਂ ਨੈਕਸਟ ਕੈਂਡੀਡੇਟਸ ਨੂੰ ਡਿਪਾਰਟਮੈਂਟ ਅਲਾਟ ਕੀਤਾ ਜਾਵੇ ਇਹ ਪ੍ਰੋਸੈਸ ਚੱਲਦਾ ਰਹੇਗਾ ਪ੍ਰੋਸੈਸ ਚੱਲਦਾ ਰਹੇਗਾ ਤਾਂ ਇਸ ਵਿੱਚ ਵੀ ਇੱਕ ਗੱਲ ਹੈ ਕਦੋਂ ਤੱਕ ਚੱਲੇਗਾ ਆਪਾਂ ਦੇਖਦੇ ਹਾਂ ਨੈਕਸਟ ਸਲਾਈਡ ਤੇ ਤਾਂ ਸਾਲ ਸਾਲ ਤੱਕ ୱੇਟਿੰਗ ਲਿਸਟ ਚਲਦੀਆਂ ਰਹਿਣਗੀਆਂ ਤਾਂ ਹੈ ਇਸ ਕਰਕੇ ਮੈਂ ਕੀ ਹੈ ਜਿੰਨਾ ਦੇ 48 ਨੰਬਰ ਆ ਗਏ ਸਨ ਉਹ ਕੀ ਹੈ ਇਸ ਪੇਪਰ ਦੇ ਲਈ एलिजिਬਲ ਤਾਂ ਸਨ ਬਟ ਕੀ ਹੈ ਉਹਨਾਂ ਦਾ ਵੀ ਟਾਈਪਿੰਗ ਦੇ ਵਿੱਚ ਨਾਮ ਆ ਸਕਦਾ ਹੈ ਤਾਂ ਇਸ ਕਰਕੇ ਐਂਡ ਤੇ ਲਿਖਿਆ ਹੈ ਚਿੰਤਾ ਘੱਟ ਕਰੋ ਮਿਹਨਤ ਜ਼ਿਆਦਾ ਮਤਲਬ ਕੀ ਹੈ ਟਾਈਪਿੰਗ ਜ਼ਰੂਰੀ ਹੈ ਟਾਈਪਿੰਗ ਜ਼ਰੂਰੀ ਹੈ ਨਾ ਟਾਈਪਿੰਗ ਨੂੰ ਨਾ ਛੱਡਿਓ ਸਪੀਡ ਇਸ ਦੀ ਇਨਕਰੀਜ਼ ਕਰੋ ਮਿਹਨਤ ਦਾ ਮਤਲਬ ਹੈ ਟਾਈਪਿੰਗ ਨੂੰ ਜਾਰੀ ਰੱਖੋ ਅਤੇ ਚਿੰਤਾ ਦਾ ਮਤਲਬ ਹੈ ਕਿ ਦਿਮਾਗ ਚੋਂ ਕੱਢ ਦਿਓ ਕਿ ਨੈਕਸਟ ਪੇਪਰ ਆਵੇਗਾ ਸਾਡਾ ਨਾਮ ਇਸ ਵਾਰ ਨਹੀਂ ਹੋਣਾ ਤਾਂ ਵੇਟਿੰਗ ਲਿਸਟ ਕੀ ਹੈ ਚਲਦੀਆਂ ਰਹਿਣਗੀਆਂ ਤਾਂ ਇਹ ਸਾਰੀਆਂ ਗੱਲਾਂ ਸਨ ਜੋ ਕੀ ਆ ਤੁਹਾਨੂੰ ਸਮਝਾਉਣ ਵਾਲੀਆਂ ਸਨ ਤਾਂ ਦੱਸ ਦਿੱਤੀਆਂ ਡੀਪਲੀ ਦੱਸੀਆਂ ਹਨ ਨਿੱਕੀ ਮੋਟੀ ਗੱਲ ਨਹੀਂ ਦੱਸੀ ਵਿਚਲੀਆਂ ਗੱਲਾਂ ਦੱਸੀਆਂ ਹਨ ਤਾਂ ਦੋਸਤੋ ਬਿਲਕੁਲ ਵੀ ਨਾ ਆਪਦਾ ਮਨ ਛੱਡੋ ਕਿ ਅਸੀਂ ਟਾਈਪਿੰਗ ਛੱਡ ਦਿੰਨੇ ਹਾਂ ਅੱਗੇ ਦੇਖਾਂਗੇ ਤਾਂ ਦੋਸਤੋ ਟਾਈਪਿੰਗ ਨੂੰ ਕਰਦੇ ਰਹੋ ਟਾਈਪਿੰਗ ਹੀ ਤੁਹਾਨੂੰ ਜੌਬ ਦਿਵਾਵੇਗੀ ਵੀ ਵੇਟਿੰਗ ਲਿਸਟ ਦਾ ਮਤਲਬ ਇਹ ਨਹੀਂ ਹੈ ਕਿ ਤੁਹਾਨੂੰ ਜੌਬ ਨਹੀਂ ਮਿਲੀ ਟਾਈਪਿੰਗ ਅਸੀਂ ਕੰਟੀਨਿਊ ਹੀ ਰੱਖਣੀ ਹੈ ਕਿਉਂਕਿ ਬਹੁਤ ਸਾਰੇ ਐਗਜ਼ਾਮ ਹਨ ਜਿਨ੍ਹਾਂ ਵਿੱਚ ਟਾਈਪਿੰਗ ਹੀ ਮਸਟ ਕਰ ਦਿੱਤੀ ਹੈ ਤਾਂ ਟਾਈਪਿੰਗ ਤਾਂ ਜ਼ਰੂਰੀ ਹੈ ਤਾਂ ਜੇਕਰ ਮੇਰੀਆਂ ਪੁਰਾਣੀਆਂ ਵੀਡੀਓਜ਼ ਨਹੀਂ ਦੇਖੀਆਂ ਪੀਟਪੀਐਸਬੀ ਕਲਰਕ ਤੇ ਤਾਂ ਉਹ ਜ਼ਰੂਰ ਦੇਖੋ ਉਹਨਾਂ ਦੇ ਵਿੱਚ ਬਹੁਤ ਜ਼ਿਆਦਾ ਗੱਲਾਂ ਸਮਝਾਈਆਂ ਗਈਆਂ ਹਨ ਤਾਂ ਤੁਹਾਨੂੰ ਉੱਥੋਂ ਵੀ ਪਤਾ ਲੱਗੇਗਾ ਤੇ ਇੱਥੋਂ ਤਾਂ ਪਤਾ ਲੱਗ ਹੀ ਗਿਆ ਹੋਵੇਗਾ ਕਿ ਮੈਂ ਕੀ ਕਿਹਾ ਹੈ ਤੇ ਤੁਸੀਂ ਕੀ ਸਮਝਿਆ ਹੈ ਸੋ ਥੈਂਕਸ ਫॉर ਵਾਚਿੰਗ ਮਾਈ ਥਿਸ ਵੀਡੀਓ ਸਤਿ ਸ਼੍ਰੀ ਅਕਾਲ ਜੀ